ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 9 ਫਰਵਰੀ 2024 ਅਤੇ ਦਿਨ ਹੈ ਸ਼ੁੱਕਰਵਾਰ, ਯਾਨੀ ਫਰਾਈਡੇ। ਚਤੁਰਦਸ਼ੀ ਤਿਥੀ ਰਹੇਗੀ ਸਵੇਰ ਦੇ 8:01 ਤੱਕ। ਅੱਜ ਗੰਡਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ ਹੈ। ਗੱਲ ਕਰੀਏ ਰਾਹੂ ਕਾਲ ਦੀ, ਤੇ ਸਵੇਰ ਦੇ 11:11 ਤੋਂ ਲੈ ਕੇ ਦੁਪਹਿਰ ਦੇ 12:34 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ। ਆ ਸਮਾਂ ਰਹੇਗਾ ਦੁਪਹਿਰ ਦੇ 3:19 ਤੋਂ ਲੈ ਕੇ ਸ਼ਾਮ ਦੇ 4:42 ਤੱਕ। ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 12:40 ਤੋਂ ਲੈ ਕੇ ਦੁਪਹਿਰ ਦੇ 2:01 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਸਿਤਾਰੇ ਪੈਸੇ ਨੂੰ ਲੈ ਕੇ ਥੋੜ੍ਹੀ ਜਿਹੀ ਚਿੰਤਾ ਦਿਖਾ ਰਹੇ ਨੇ। ਪੈਸੇ ਨੂੰ ਲਵਾ, ਯਾਨੀ ਕਿ ਇਹ ਨਹੀਂ ਕਿ ਵੀ ਆਪਾਂ ਕੋਈ ਨੁਕਸਾਨ ਦੇਖ ਰਹੇ ਹਾਂ, ਬਲਕਿ ਪੈਸੇ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ, ਯਾਨੀ ਕਿ ਮਨੀ ਮੈਨੇਜਮੈਂਟ ਵਾਸਤੇ ਅੱਜ ਟਾਈਮ ਜ਼ਰੂਰ ਕੱਢਣਾ। ਅੱਜ ਕੁਛ ਲੋਕ ਓਵਰਆਲ ਸਿਹਤ ਜਿਹੜੀ ਹੈ ਵਧੀਆ ਨਜ਼ਰ ਆ ਰਹੀ ਹੈ, ਪਰ ਘਰ ਪਰਿਵਾਰ 'ਚ ਕਿਸੇ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਰੂਰ ਸਤਾ ਸਕਦੀ ਹੈ। ਆਫਿਸ ਵਿੱਚ ਤੁਸੀਂ ਸੀਨੀਅਰਸ ਨੂੰ ਆਪਣੇ ਕੰਮ ਤੋਂ, ਆਪਣੀ ਮਿਹਨਤ ਤੋਂ, ਆਪਣੀ ਲਗਨ ਤੋਂ ਇੰਪ੍ਰੈਸ ਕਰ ਸਕੋਗੇ। ਘਰ ਜਿਹੜਾ ਹੈ ਤੁਹਾਨੂੰ ਘਰ ਵਾਪਸ ਆ ਕੇ, ਯਾਨੀ ਕਿ ਆਫਿਸ ਤੋਂ ਕੰਮ ਕਰਕੇ ਘਰ ਵਾਪਸ ਆ ਕੇ ਆਰਾਮ ਕਰਨ ਦਾ ਪੂਰਾ ਪੂਰਾ ਮੌਕਾ ਮਿਲੇਗਾ। ਕੋਈ ਯਾਤਰਾ ਜਿਹੜੇ ਲੋਕ ਟਰੈਵਲ ਕਰ ਰਹੇ ਨੇ ਉਹਨਾਂ ਵਾਸਤੇ ਦਿਨ ਜ਼ਰੂਰ ਬਿਜ਼ੀ ਅਤੇ ਥੋੜ੍ਹਾ ਜਿਹਾ ਥਕਾਨ ਭਰਿਆ ਹੋ ਸਕਦਾ। ਅੱਜ ਲੱਕੀ ਨੰਬਰ ਰਹੇਗਾ 5, ਲੱਕੀ ਕਲਰ ਰਹੇਗਾ ਰੋਇਲ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ ਜੇ ਹਰੀ ਸਬਜ਼ੀਆਂ ਦਾ ਦਾਨ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕੇ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਕੰਮਕਾਜ ਦੀ ਗੱਲ ਕਰੀਏ ਤਾਂ ਉਹਦੇ ਲਿਹਾਜ਼ ਨਾਲ ਦਿਨ ਜਿਹੜਾ ਹੈ ਕਾਫੀ ਹੈਕਟਿਕ, ਕਾਫੀ ਬਿਜ਼ੀ ਨਜ਼ਰ ਆ ਰਿਹਾ ਹੈ। ਤੁਸੀਂ ਜਿਹੜੇ ਸਿੰਗਲਸ ਨੇ ਅਤੇ ਸੋਲਮੇਟ ਦੀ ਤਲਾਸ਼ 'ਚ ਨੇ, ਅੱਜ ਦਾ ਦਿਨ ਤੁਹਾਡੇ ਵਾਸਤੇ ਖਾਸ ਰਹੇਗਾ। ਲਾਈਕ ਮਾਈਂਡਡ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਜੇ ਡਿਸਿਪਲਿਨ 'ਚ ਰਿਹਾ ਜਾਵੇ ਤਾਂ ਸਿਹਤ ਵੀ ਇੰਪਰੂਵ ਕੀਤੀ ਜਾ ਸਕਦੀ ਹੈ। ਅੱਜ ਜਿਹੜਾ ਹੈ ਕਿਤੇ ਨਾ ਕਿਤੇ ਜੇ ਕ੍ਰੀਏਟਿਵ ਫੀਲਡ ਨਾਲ ਜਿਹੜੇ ਲੋਕ ਤਾਲੁਕ ਰੱਖਦੇ ਨੇ, ਅੱਜ ਕਈ ਅਪੋਰਚੁਨਿਟੀਜ਼ ਤੁਹਾਡੇ ਸਾਹਮਣੇ ਆ ਸਕਦੀਆਂ ਨੇ। ਆਪਣੀ ਇਨਕਮ ਨੂੰ ਮਲਟੀਪਲਾਈ ਕਰਨ ਵਾਸਤੇ ਵੀ ਕਈ ਅਪੋਰਚੁਨਿਟੀਜ਼ ਤੁਹਾਨੂੰ ਮਿਲ ਸਕਦੀਆਂ ਨੇ। ਅੱਜ ਫੈਮਿਲੀ ਨਾਲ ਜਿੰਨਾ ਤੁਸੀਂ ਟਾਈਮ ਸਪੈਂਡ ਕਰੋਗੇ ਉਹਨਾਂ ਦੇ ਸਪੋਰਟ ਨਾਲ ਓਵਰਆਲ ਚੀਜ਼ਾਂ ਸ਼ਾਨਦਾਰ ਨਜ਼ਰ ਆਉਣਗੀਆਂ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਬੇਬੀ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਜੇ ਬਲਬ ਜਾਂ ਐਮਰਜੈਂਸੀ ਲਾਈਟ ਨਾਲ ਚੀਨੀ ਦੇ ਦਿੱਤੀ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਜਮਨਾਈ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਦਿਨ ਅੱਜ ਫਿੱਟ ਅਤੇ ਐਨਰਜੈਟਿਕ ਰਹੇਗਾ। ਹੈਲਥ ਵਾਈਜ਼ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ। ਕੋਈ ਮਹਿੰਗੀ ਚੀਜ਼ ਖਰੀਦਣ ਦਾ ਸਪਨਾ ਸੀ ਅਤੇ ਉਹ ਸਪਨਾ ਵੀ ਅੱਜ ਪੂਰਾ ਹੋ ਸਕਦਾ। ਲੰਬੇ ਸਮੇਂ ਤੋਂ ਤੁਸੀਂ ਜਿਹੜੀ ਕਿਸੇ ਇਵੈਂਟ ਵਾਸਤੇ ਜਾਂ ਕਿਸੇ ਚੀਜ਼ ਨੂੰ ਖਰੀਦਣ ਵਾਸਤੇ ਜਿਹੜੀ ਸੇਵਿੰਗਸ ਕਰ ਰਹੀਆਂ ਸੀ, ਅੱਜ ਅਲਟੀਮੇਟਲੀ ਉਹ ਕੰਮ ਆਉਣਗੀਆਂ। ਟਰੈਵਲ ਕਰਦੇ ਵਕਤ ਇੱਕ ਅਲੱਗ ਜਿਹੀ ਖੁਸ਼ੀ ਦਾ ਤੁਹਾਨੂੰ ਅਹਿਸਾਸ ਹੋਏਗਾ। ਫੈਮਿਲੀ 'ਚ ਓਵਰਆਲ ਦਿਨ ਜਿਹੜਾ ਹੈ ਫੈਮਿਲੀ ਵਾਈਜ਼ ਸੈਟਿਸਫਾਈਂਗ ਰਹੇਗਾ। ਕਿਸੇ ਪ੍ਰੋਪਰਟੀ ਨੂੰ ਲੈ ਕੇ ਵਾਦ ਵਿਵਾਦ ਚੱਲ ਰਿਹਾ ਸੀ ਅਤੇ ਹੁਣ ਉਹ ਚੀਜ਼ਾਂ ਮਿਲ ਬੈਠ ਕੇ ਸੈਟਲ ਕੀਤੀਆਂ ਜਾ ਸਕਦੀਆਂ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਅ ਕੀ ਕਰਨਾ, ਪ੍ਰਭੂ ਨੂੰ ਕੇਲੇ ਦਾ ਭੋਗ ਲਗਾ ਕੇ ਸਹਿ ਪਰਿਵਾਰ ਉਹਨੂੰ ਮਿਲ ਕੇ ਖਾਣਾ।
ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਅੱਜ ਆਫਿਸ 'ਚ ਕੋਈ ਇੰਪੋਰਟੈਂਟ ਪ੍ਰੋਜੈਕਟ ਵਿੱਚ ਤੁਸੀਂ ਇੱਕ ਇੰਪੋਰਟੈਂਟ ਰੋਲ ਅਦਾ ਕਰੋਗੇ। ਬਿਹਤਰ ਹੈਲਥ ਵਾਸਤੇ ਆਪਣੇ ਆਪ ਨੂੰ ਸਿਰਫ ਫਿਜ਼ੀਕਲੀ ਨਹੀਂ ਬਲਕਿ ਮੈਂਟਲੀ ਅਤੇ ਇਮੋਸ਼ਨਲੀ ਫਿੱਟ ਰੱਖਣਾ ਵੀ ਜ਼ਰੂਰੀ ਹੈ। ਅੱਜ ਜਿਹੜਾ ਹੈ ਕੋਈ ਪੈਸਾ ਤੁਹਾਡਾ ਕਿਤੇ ਫਸਿਆ ਹੋਇਆ ਸੀ, ਕਿਸੇ ਨੂੰ ਤੁਸੀਂ ਪਰਸਨਲ ਲੋਨ ਦਿੱਤਾ ਹੋਇਆ ਸੀ, ਉਹ ਪੈਸਾ ਅੱਜ ਵਾਪਸ ਆ ਸਕਦਾ। ਫੈਮਿਲੀ 'ਚ ਕਿਸੇ ਐਲੀਜੀਬਲ ਦੀ ਵਿਆਹ ਦੀ ਗੱਲ ਹੁਣ ਅੱਗੇ ਵੱਧ ਸਕਦੀ ਹੈ। ਅੱਜ ਜਿਹੜਾ ਹੈ ਓਵਰਆਲ ਪੈਸੇ ਨੂੰ ਲੈ ਕੇ ਕੋਈ ਚੰਗੀ ਖਬਰ ਵੀ ਸੁਣਨ ਨੂੰ ਮਿਲ ਸਕਦੀ ਹੈ। ਇੱਕ ਪ੍ਰੋਪਰਟੀ 'ਚ ਇਨਵੈਸਟਮੈਂਟ ਕਰਨਾ ਵੀ ਤੁਹਾਡੇ ਵਾਸਤੇ ਕਾਫੀ ਫਾਇਦੇਮੰਦ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਅ ਕੀ ਕਰਨਾ, ਸ਼ਿਵਲਿੰਗ ਦੇ ਉੱਤੇ ਜਲ ਅਭਿਸ਼ੇਕ ਜ਼ਰੂਰ ਕਰਨਾ ਹੈ ਅੱਜ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਹਤ ਦਾ ਪੱਖ ਅੱਜ ਸਟਰੋਂਗ ਨਜ਼ਰ ਆ ਰਿਹਾ ਹੈ। ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਐਨਰਜੈਟਿਕ ਮਹਿਸੂਸ ਕਰੋਗੇ। ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲੇਗਾ। ਦਿਨ ਓਵਰਆਲ ਮੌਜ ਮਸਤੀ ਭਰਿਆ ਰਹੇਗਾ। ਆਪਣੇ ਕਰੀਅਰ ਫਰੰਟ ਦੇ ਉੱਤੇ ਜਿਹੜੀ ਪਹਿਚਾਣ ਮਿਸਿੰਗ ਸੀ ਜਾਂ ਕੋਈ ਚੀਜ਼ ਤੁਸੀਂ ਅਚੀਵ ਕਰਨਾ ਚਾਹੁੰਦੇ ਸੀ, ਹੁਣ ਤੁਸੀਂ ਉਹਦੇ ਬੇਹੱਦ ਕਰੀਬ ਹੋ। ਸਟੂਡੈਂਟਸ ਨੂੰ ਆਪਣੇ ਸਟੱਡੀ ਸਰਕਲ ਨੂੰ ਇੰਪਰੂਵ ਕਰਨਾ ਜ਼ਰੂਰੀ ਹੈ। ਗਰੁੱਪ ਸਟੱਡੀ 'ਚ ਜੇ ਸਪੈਸ਼ਲੀ ਜਿਹੜੇ ਲੋਕ ਬੱਚੇ ਟਾਈਮ ਸਪੈਂਡ ਕਰ ਰਹੇ ਨੇ, ਤਾਂ ਗਰੁੱਪ ਦਾ ਸਿਲੈਕਸ਼ਨ ਕਰਨਾ ਇੰਪੋਰਟੈਂਟ ਹੋਏਗਾ। ਚੰਗੀ ਅਰਨਿੰਗਸ ਤਾਂ ਵਧਣ ਗਿਆ ਯਾਨੀ ਕਿ ਕਮਾਈ ਤਾਂ ਵਧੇਗੀ ਵਧੇਗੀ, ਨਾਲ ਖਰਚੇ ਵੀ ਅੱਜ ਹੋ ਸਕਦੇ ਨੇ, ਪਰ ਚੰਗੀ ਗੱਲ ਇਹ ਹੈ ਕਿ ਅੱਜ ਖਰਚੇ ਚੰਗੀ ਚੀਜ਼ਾਂ 'ਤੇ ਹੋਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ, ਜਿੰਨਾ ਮੁਮਕਿਨ ਹੋਵੇ ਜ਼ਰੂਰਤਮੰਦ ਲੋਕਾਂ 'ਚ ਅੱਜ ਸਫੇਦ ਚੀਜ਼ਾਂ ਦਾ ਦਾਨ ਕਰਨਾ। ਸਫੇਦ ਚਾਵਲ ਹੋਵੇ, ਦੁੱਧ ਹੋਵੇ, ਦਹੀਂ ਹੋਵੇ, ਰਸਗੁੱਲੇ ਹੋਣ, ਕਿਸੇ ਵੀ ਚੀਜ਼ ਦਾ ਦਾਨ ਤੁਸੀਂ ਦੇ ਸਕਦੇ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਫੈਮਿਲੀ ਫਰੰਟ ਅੱਜ ਮਜ਼ਬੂਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕਿਸੇ ਨਾ ਕਿਸੇ ਫੈਮਿਲੀ ਮੈਂਬਰ ਦੀ ਗਰੋਥ ਅੱਜ ਹੋ ਸਕਦੀ ਹੈ, ਪ੍ਰਮੋਸ਼ਨ ਹੋ ਸਕਦੀ ਹੈ। ਅੱਜ ਇਨਵੈਸਟਮੈਂਟਸ ਵਾਸਤੇ ਵੀ ਦਿਨ ਜਿਹੜਾ ਹੈ ਖਾਸ ਨਜ਼ਰ ਆ ਰਿਹਾ ਹੈ। ਹੈਲਥ ਨੂੰ ਲੈ ਕੇ ਜਿਹੜੇ ਤੁਹਾਡੇ ਕੋਈ ਡਰ ਜਾਂ ਚਿੰਤਾ ਤੁਹਾਨੂੰ ਸਤਾ ਰਹੀ ਹੈ ਨਾ, ਉਹ ਬਿਲਕੁਲ ਬੇਫਜ਼ੂਲ ਹੋਏਗੀ। ਟੈਸਟ ਕਰਾ ਲੈਣਾ ਚਾਹੀਦਾ ਹੈ, ਡਾਕਟਰ ਨੂੰ ਮਿਲ ਲੈਣਾ ਚਾਹੀਦਾ ਹੈ, ਬਟ ਸਾਰੀ ਚੀਜ਼ਾਂ ਓਵਰਆਲ ਠੀਕ ਨਜ਼ਰ ਆ ਰਹੀਆਂ। ਇਸ ਕਰਕੇ ਫਜ਼ੂਲ ਟੈਨਸ਼ਨਾਂ 'ਚ ਆਪਣੇ ਆਪ ਨੂੰ ਉਲਝਾਉਣ ਤੋਂ ਬਚਣਾ। ਪ੍ਰੋਫੈਸ਼ਨਲ ਨੈਟਵਰਕ ਅੱਜ ਤੁਹਾਡਾ ਇੰਪਰੂਵ ਹੋਏਗਾ। ਪੁਰਾਣੇ ਯਾਰਾਂ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਪ੍ਰੋਪਰਟੀ ਦੇ ਮਾਮਲੇ 'ਚ ਕਿਸੇ ਦੇ ਉੱਤੇ ਵੀ ਅੱਖ ਮੂੰਦ ਕੇ ਭਰੋਸਾ ਜਿਹੜਾ ਹੈ ਉਹ ਨਹੀਂ ਕਰਨਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਤੇ ਪੈਰਾਂ 'ਚ ਬੂਟ ਪਵਾ ਦਿੱਤੇ ਜਾਣ ਅਤੇ ਦਿਨ ਹੋਰ ਵੀ ਵਧੀਆ ਬਣ ਸਕਦਾ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਹੈਲਥ ਦੇ ਪ੍ਰਤੀ ਜੇ ਥੋੜ੍ਹੀ ਜਿਹੀ ਆਪਣੀ ਅਪਰੋਚ ਨੂੰ ਅਟੈਂਟਿਵ ਕਰ ਲਿਆ ਜਾਵੇ। ਇੱਕ ਜੇ ਕਹਿੰਦੇ ਨੇ ਜਿਵੇਂ ਚੂਜ਼ੀ ਈਟਰਸ ਨੇ, ਯਾਨੀ ਕਿ ਹਰ ਚੀਜ਼ ਨਹੀਂ ਖਾਣੀ ਬਲਕਿ ਕੁਛ ਗਿਣੀਆਂ ਜੁਣੀਆਂ ਚੀਜ਼ਾਂ ਖਾਣੀਆਂ ਨੇ, ਅਤੇ ਅੱਜ ਉਹਦੇ 'ਚ ਹਰਜ਼ ਕੋਈ ਨਹੀਂ ਕਿਉਂਕਿ ਸਿਹਤ ਆਪਣੀ ਵਧੀਆ ਰਹੇਗੀ। ਪਰ ਹਾਂ, ਜਿਹੜਾ ਸਿਲੈਕਸ਼ਨ ਹੈ ਉਹ ਜੰਕ ਫੂਡ ਜਾਂ ਤਲੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਫਿਲਹਾਲ ਲੋਨ ਕੋਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਸੀ ਤਾਂ ਉਹ ਮਿਲਣ 'ਚ ਜ਼ਰੂਰ ਦੇਰੀ ਹੋ ਸਕਦੀ ਹੈ। ਪ੍ਰੋਫੈਸ਼ਨਲੀ ਤੁਸੀਂ ਕਿਸੇ ਕੰਮ ਨੂੰ ਕਰ ਰਹੇ ਸੀ, ਕਿਸੇ ਪ੍ਰੋਜੈਕਟ ਨੂੰ ਕਰ ਰਹੇ ਸੀ, ਉੱਥੇ ਹੁਣ ਤੁਹਾਨੂੰ ਸਕਸੈਸ ਮਿਲ ਸਕਦੀ ਹੈ। ਘਰ ਨੂੰ ਲੈ ਕੇ ਕੁਝ ਚੇਂਜਸ ਹੁਣ ਪਲਾਨ ਕੀਤੇ ਜਾ ਸਕਦੇ ਨੇ, ਅਤੇ ਜਿਹੜੇ ਲੋਕ ਛੁੱਟੀਆਂ ਆਪਣੀ ਕਿਤੇ ਨਾ ਕਿਤੇ ਟਾਈਮ ਸਪੈਂਡ ਕਰਨਾ ਚਾਹੁੰਦੇ ਸੀ ਆਪਣੀ ਫੈਮਿਲੀ ਨਾਲ, ਅਤੇ ਉਹਨਾਂ ਵਾਸਤੇ ਚੀਜ਼ਾਂ ਨੂੰ ਪਲਾਨ ਕਰਨ ਵਾਸਤੇ ਦਿਨ ਅੱਜ ਤਾਂ ਵਧੀਆ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ ਆਪਣੇ ਸਮਰਥ ਅਨੁਸਾਰ ਹਰੀ ਸਬਜ਼ੀਆਂ ਦਾ ਦਾਨ ਜ਼ਰੂਰ ਕਰਨਾ। ਸਕਾਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਹੈਲਥ ਨੂੰ ਲੈ ਕੇ ਕਿਸੇ ਦੀ ਮੋਟੀਵੇਸ਼ਨ ਤੁਹਾਡੇ ਬੇਹੱਦ ਕੰਮ ਆਏਗੀ। ਘਰ ਦੇ ਕਿਸੇ ਫੈਮਿਲੀ ਮੈਂਬਰ ਨੂੰ ਲੈ ਕੇ ਕੋਈ ਕਿਸੇ ਗੱਲ ਪਿੱਛੇ ਨਾਰਾਜ਼ਗੀ ਹੋ ਸਕਦੀ ਹੈ, ਪਰ ਬਹੁਤ ਜ਼ਿਆਦਾ ਆਪਣੇ ਆਪ ਨੂੰ ਇੰਨਾ ਨਾਰਾਜ਼ ਨਹੀਂ ਕਰਕੇ ਰੱਖਣਾ ਕਿ ਸਾਹਮਣੇ ਵਾਲਾ ਕਹੇ ਕੋਈ ਗੱਲ ਨਹੀਂ, ਤੁਸੀਂ ਆਪੇ ਮੰਨ ਜਾਓ। ਅੱਜ ਵਰਕ ਪਲੇਸ ਦੇ ਉੱਤੇ ਕਿਸੇ ਨਾ ਕਿਸੇ ਦੀ ਹੈਲਪ ਤੁਹਾਡੇ ਕਾਫੀ ਕੰਮ ਆਏਗੀ। ਕਿਸੇ ਕੰਮ ਨੂੰ ਜਲਦੀ ਜਿਹੜਾ ਹੈ ਨਿਪਟਾਇਆ ਜਾ ਸਕਦਾ ਹੈ।
ਅੱਜ ਕਿਸੇ ਵੱਡੀ ਸ਼ਖਸੀਅਤ ਨੂੰ ਵੀ ਮਿਲਣ ਦਾ ਮੌਕਾ ਮਿਲ ਸਕਦਾ ਹੈ, ਕਈ ਲੋਕਾਂ ਨੂੰ ਮਾਨ ਸਨਮਾਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਇਲੈਕਟ੍ਰਿਕ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ, ਘਰ ਦੇ ਵੱਡਿਆਂ ਤੋਂ ਕੁਛ ਸਿੱਕੇ ਲੈ ਕੇ ਉਹਨੂੰ ਲਾਲ ਕੱਪੜੇ 'ਚ ਬੰਨ ਕੇ ਮੱਥੇ ਨਾਲ ਲਾ ਕੇ ਅੱਜ ਸਾਰਾ ਦਿਨ ਆਪਣੇ ਕੋਲੇ ਜ਼ਰੂਰ ਰੱਖਣਾ, ਪਰਸ 'ਚ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਤੁਹਾਡੇ ਵਾਸਤੇ ਬੇਹੱਦ ਇੰਟਰਸਟਿੰਗ ਦਿਨ ਨਜ਼ਰ ਆ ਰਿਹਾ। ਕੋਈ ਇੰਪੋਰਟੈਂਟ ਗਿਫਟ ਤੁਹਾਨੂੰ ਮਿਲ ਸਕਦਾ ਹੈ, ਕੋਈ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਸੀ ਪਰਸਨਲ ਯੂਜ਼ ਵਾਸਤੇ, ਅਤੇ ਉਹ ਤੁਸੀਂ ਅੱਜ ਖਰੀਦ ਸਕਦੇ ਹੋ। ਵੇਟ ਲੋਸ ਜਿਹੜੇ ਲੋਕ ਕਰਨਾ ਚਾਹ ਰਹੇ ਸੀ ਅਤੇ ਸਿਗਨੀਫਿਕੈਂਟ ਚੇਂਜਸ ਤੁਹਾਡੇ ਅੰਦਰ ਨਜ਼ਰ ਆਉਣਗੇ, ਅੱਜ ਕਿਸੇ ਚੰਗੇ ਫਿਟਨੈਸ ਕੰਸਲਟੈਂਟ ਦੀ ਸਲਾਹ ਵੀ ਤੁਹਾਡੇ ਵਾਸਤੇ ਬੇਹੱਦ ਕਾਮਯਾਬ ਸਾਬਿਤ ਹੋਏਗੀ। ਸਟੂਡੈਂਟਸ ਦਾ ਜਿਹੜਾ ਹੈ ਉਹ ਗਾਈਡੈਂਸ, ਜੇ ਕੋਈ ਮਿਸਿੰਗ ਸੀਗੀ, ਕੋਈ ਡਾਊਟ ਤੁਹਾਡੇ ਚੱਲ ਰਹੇ ਸੀਗੇ, ਅਤੇ ਹੁਣ ਉਹ ਗਾਈਡੈਂਸ ਤੁਹਾਨੂੰ ਮਿਲ ਸਕਦੀ ਹੈ। ਈਵਨ ਲਵ ਫਰੰਟ ਦੇ ਉੱਤੇ ਜਿਹੜੀ ਕੋਈ ਕਹਾ ਸੁਣੀ ਹੋ ਗਈ ਸੀ ਪਾਰਟਨਰ ਨਾਲ, ਅੱਜ ਉਹ ਚੀਜ਼ਾਂ ਨੂੰ ਵੀ ਸੁਲਝਾਇਆ ਜਾ ਸਕਦਾ ਹੈ। ਕੁੱਲ ਮਿਲਾ ਕੇ ਦਿਨ ਤੁਹਾਡੇ ਵਾਸਤੇ ਫੇਵਰੇਬਲ ਸਾਬਿਤ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ, ਕਾਲੇ ਕੁੱਤੇ ਨੂੰ ਤੇਲ ਨਾਲ ਚੋਪੜੀ ਰੋਟੀ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਅੱਜ ਫਿਟਨੈਸ ਨੂੰ ਲੈ ਕੇ ਤੁਸੀਂ ਕੁਛ ਨਵਾਂ ਟਰਾਈ ਕਰ ਸਕਦੇ ਹੋ, ਕੋਈ ਨਵਾਂ ਐਕਸਰਸਾਈਜ਼ਿੰਗ ਰੂਟੀਨ ਹੋਵੇ, ਕੋਈ ਨਵੇਂ ਟ੍ਰੇਨਰ ਨਾਲ ਵਰਕਆਊਟ ਕਰਨਾ ਹੋਵੇ, ਪਰ ਇਹ ਜਿਹੜੀ ਵੀ ਨਵੀਂ ਚੀਜ਼ ਹੈ ਅਲਟੀਮੇਟਲੀ ਤੁਹਾਡੀ ਸਿਹਤ ਨੂੰ ਬੈਨੀਫਿਟ ਜ਼ਰੂਰ ਕਰੇਗੀ। ਅੱਜ ਜਿਹੜਾ ਹੈ ਆਪਣੇ ਕਰੀਅਰ ਫਰੰਟ ਨੂੰ ਲੈ ਕੇ ਕੁਛ ਗੋਲ ਸੈਟਿੰਗ ਕਰਨ ਦੀ ਜ਼ਰੂਰਤ ਹੈ, ਅਤੇ ਉਸ ਗੋਲਸ ਨੂੰ ਬੈਕ ਟਰੈਕ ਕਰਨਾ ਜ਼ਰੂਰੀ ਹੋਏਗਾ। ਯਾਨੀ ਕਿ ਪਹਿਲਾਂ ਗੋਲ ਡਿਸਾਈਡ ਕੀਤਾ ਜਾਵੇ ਅਤੇ ਗੋਲ ਨੂੰ ਅਚੀਵ ਕਿੱਦਾਂ ਕਰਨਾ ਹੈ ਉਹਦੀ ਪਲੈਨਿੰਗ ਅੱਜ ਜ਼ਰੂਰ ਕੀਤੀ ਜਾ ਸਕਦੀ ਹੈ। ਕੋਈ ਗੱਡੀ ਤੁਸੀਂ ਖਰੀਦਣਾ ਚਾਹੁੰਦੇ ਸੀ ਅਤੇ ਉਹਦੇ ਵਾਸਤੇ ਦਿਨ ਅੱਜ ਵਧੀਆ ਨਜ਼ਰ ਆ ਰਿਹਾ, ਅਤੇ ਪ੍ਰੋਪਰਟੀ ਸੰਬੰਧਿਤ ਕੋਈ ਡਿਸੀਜਨ ਲੈਣ 'ਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਸਟੂਡੈਂਟਸ ਨੂੰ ਜਿਹੜਾ ਹੈ ਆਪਣੀ ਕੌਨਫੀਡੈਂਸ ਨੂੰ, ਆਪਣੇ ਫੋਕਸ ਨੂੰ, ਆਪਣੀ ਕੋਨਸਨਟ੍ਰੇਸ਼ਨ ਨੂੰ ਵਧਾਉਣ ਵਾਸਤੇ ਕੁਛ ਐਕਸਰਸਾਈਜ਼ ਦੀ ਜ਼ਰੂਰਤ ਹੋਏਗੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਲਾਈਟ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ, ਗਊ ਨੂੰ ਭਿੱਜੇ ਹੋਏ ਚਨੇ ਦੇ ਨਾਲ ਗੁੜ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੋਈ ਲੰਬਾ ਗੈਪ ਪੈ ਗਿਆ ਸੀ ਨਾ ਵਰਕਆਊਟ ਕਰਨ ਵਾਸਤੇ, ਆਪਣੀ ਸਿਹਤ ਨੂੰ ਫਿੱਟ ਰੱਖਣ ਵਾਸਤੇ, ਐਕਸਰਸਾਈਜ਼ਿੰਗ ਰੂਟੀਨ 'ਚ ਜੇ ਔਨ ਆਫ ਚੱਲ ਰਿਹਾ ਸੀਗਾ, ਤਾਂ ਅੱਜ ਵਾਪਸ ਰੂਟੀਨ 'ਚ ਆਉਣ 'ਚ ਕੋਈ ਹਰਜ ਨਹੀਂ, ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਪੁਸ਼ ਜ਼ਰੂਰ ਕਰਨਾ। ਪਹਿਲਾਂ ਤੁਸੀਂ ਕੋਈ ਇਨਵੈਸਟਮੈਂਟਸ ਕੀਤੀਆਂ ਹੋਈਆਂ, ਉੱਥੋਂ ਚੰਗੇ ਰਿਟਰਨਸ ਅੱਜ ਮਿਲ ਸਕਦੇ ਨੇ। ਕਈ ਲੋਕਾਂ ਨੂੰ ਬਿਜ਼ਨਸ ਸੰਬੰਧਿਤ ਟਰੈਵਲ ਵੀ ਅਚਾਨਕ ਕਰਨਾ ਪੈ ਸਕਦਾ ਹੈ। ਹਾਂ, ਕੋਈ ਕੰਟਰੈਕਟ ਤੁਸੀਂ ਐਕਸਪੈਕਟ ਕਰਕੇ ਚੱਲ ਰਹੇ ਸੀਗੇ ਅਤੇ ਹੁਣ ਉੱਥੇ ਤੁਹਾਨੂੰ ਫਾਇਦਾ ਹੋ ਸਕਦਾ। ਕਿਸੇ ਓਫਿਸ਼ਲ ਟੂਰ 'ਤੇ ਜਾਣ ਦਾ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ। ਪਾਰਟਨਰ ਦੀ ਜ਼ਰੂਰਤਾਂ ਨੂੰ ਅੱਜ ਇੰਪੋਰਟੈਂਸ ਦੇਣੀ ਸਿੱਖਣੀ ਪੈਣੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ, ਅਤੇ ਤੁਸੀਂ ਉਪਾਅ ਕੀ ਕਰਨਾ, ਸ਼੍ਰੀ ਗਣੇਸ਼ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਕਰੀਅਰ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਕਈ ਲੋਕਾਂ ਨੂੰ ਅੱਜ ਮੌਕਾ ਮਿਲ ਸਕਦਾ, ਜਿਹੜੇ ਕਿ ਲੋਕਾਂ ਨੇ ਆਪਣੇ ਕਰੀਅਰ 'ਚ ਕਿਸੇ ਵੀ ਟਾਈਪ ਦਾ ਬ੍ਰੇਕ ਲਿੱਤਾ ਹੈ ਅਤੇ ਤੁਹਾਨੂੰ ਹੁਣ ਨਵੀਂ ਜੋਬ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਕਈ ਲੋਕਾਂ ਵਾਸਤੇ ਪ੍ਰੋਪਰਟੀ ਦੇ ਵਿੱਚ ਵੀ ਅੱਜ ਇਨਵੈਸਟਮੈਂਟ ਕਰਨਾ ਬੇਹੱਦ ਸ਼ੁਭ ਰਹੇਗਾ। ਜਿਹੜੇ ਲੋਕ ਕਿਰਾਏ 'ਤੇ ਰਹਿੰਦੇ ਨੇ ਅਤੇ ਮਕਾਨ ਬਦਲਣਾ ਚਾਹੁੰਦੇ ਸੀ, ਤੁਹਾਡੇ ਸਾਹਮਣੇ ਤੁਹਾਡੇ ਬਜਟ ਦੇ ਅਕੋਰਡਿੰਗਲੀ ਚੰਗੀ ਲੋਕੇਸ਼ਨ ਜਾਂ ਚੰਗੇ ਜਿਹੜੇ ਪ੍ਰੋਪਰਟੀਜ਼ ਨੇ ਉਹ ਤੁਹਾਡੇ ਸਾਹਮਣੇ ਆ ਸਕਦੀਆਂ ਨੇ। ਆਪਣੇ ਟਰੈਵਲ ਮੈਮਰੀਜ਼ ਨੂੰ ਰੀਲਿਵ ਕਰਨ ਵਾਸਤੇ, ਯਾਨੀ ਕਿ ਆਪਣੇ ਯਾਦਗਾਰ ਮੈਮਰੀਜ਼ ਨੂੰ, ਜਿਹੜੇ ਕਿ ਸਪੈਸ਼ਲੀ ਟਰੈਵਲ ਤੋਂ ਜੁੜੀ ਹੋਈ ਯਾਦ ਤੁਹਾਡੀ ਮੈਮਰੀਜ਼ ਨੇ, ਯਾਦਾਂ ਨੇ, ਉਹਨਾਂ ਨੂੰ ਫੋਟੋਜ਼ ਦੁਆਰਾ ਜਿਹੜਾ ਹੈ ਉਹ ਰੀਵਿਜ਼ਿਟ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਲਵ ਫਰੰਟ ਨੂੰ ਲੈ ਕੇ ਪਰੇਸ਼ਾਨ ਚੱਲ ਰਹੇ ਸੀਗੇ, ਅੱਜ ਤੁਹਾਡੇ ਵੀ ਆਪਸੀ ਅੰਡਰਸਟੈਂਡਿੰਗ ਮਜ਼ਬੂਤ ਹੋਏਗੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮ ਸਥਲ 'ਤੇ
ਆਪਣੀ ਸ਼ਰਧਾ ਅਨੁਸਾਰ ਆਪਣੇ ਸਮਰਥਿਆ ਅਨੁਸਾਰ ਦਾਲ ਤੇ ਆਟਾ ਜਾ ਕੇ ਦੇ ਆਣਾ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।